ਸੋ ਤੁਸੀਂ ਗ੍ਰੀਟਿੰਗ ਆਲ ਜੀ ਸਾਰਿਆਂ ਨੂੰ ਦੇ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ 23 ਅਕਤੂਬਰ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਪੂਰੀ ਰਾਤ ਸਮੇਂ ਅੱਜ ਪੰਜਾਬ ਦੇ ਮੌਸਮ ਵਿੱਚ ਕੀ ਹਾਲ ਚੱਲੂਗਾ ਕਿ ਕਿਹੜੇ ਇਲਾਕਿਆਂ ਵਿੱਚ ਬੱਦਲਵਾਈ ਜਾਂ ਮੀਂਹ ਦੇ ਸਰ ਬਣ ਰਹੇ ਨੇ ਸੋ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਸੀ ਅੱਜ ਸਵੇਰ ਦੀ ਵੀਡੀਓ ਦੇ ਵਿੱਚ ਕਿ ਦੁਪਹਿਰ ਤੋਂ ਬਾਅਦ ਪੰਜਾਬ ਦਾ ਮੌਸਮ ਬੱਦਲਵਾਈ ਵਾਲਾ ਖਾਸ ਤੌਰ ਤੇ ਪੰਜਾਬ ਦੇ ਪੱਛਮੀ ਇਲਾਕਿਆਂ ਤੋਂ ਸ਼ੁਰੂ ਹੋ ਜਾਵੇਗਾ ਅਤੇ ਜਿਉਂ-ਜਿਉਂ ਸਮਾਂ ਸ਼ਾਮ ਅਤੇ ਰਾਤ ਵੱਲ ਵਧੇਗਾ ਤਾਂ ਪੰਜਾਬ ਦੇ ਹੋਰ ਵੀ ਇਲਾਕੇ ਬੱਦਲਵਾਈ ਅੰਡ ਤੋ ਉਸੇ ਤਰ੍ਹਾਂ ਹੁਣ ਜਿਵੇਂ ਕਿ ਆਪਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਜਿਹੜੀ ਕਿ ਲਗਭਗ ਸ਼ਾਮ ਦੇ 6 ਵਜੇ ਦੇ ਆਸ-ਪਾਸ ਦੀ ਹੈ ਜੇ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਜਿਹੜੇ ਸਰਹੱਦੀ ਖੇਤਰ ਨੇ ਤਾਂ ਉਹਨਾਂ ਦੇ ਵਿੱਚ ਲਗਭਗ ਦੁਪਹਿਰ ਤੋਂ ਬਾਅਦ ਬੱਦਲਬਾਹੀ ਵਾਣੀ ਸ਼ੁਰੂ ਹੋ ਗਈ ਹੈ ਤੇ ਹੁਣ ਜੇਕਰ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਗੱਲ ਕਰੀਏ ਤਾਂ ਇਸ ਦੇ ਵਿੱਚ ਆਪਾਂ ਨੂੰ ਅਮਰਤਸਰ ਸਮੇਤ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਸਾਹਿਬ ਫਿਰੋਜ਼ਪੁਰ ਤੇ ਕਈ ਭਾਗ ਹੋਣਗੇ ਫਾਜ਼ਿਲਕਾ ਦੇ ਸੋ ਇਹਨਾਂ ਇਲਾਕਿਆਂ ਵਿੱਚ ਬੱਦਲਬਾਹੀ ਨਾਲ ਹਲਕੇ-ਫੁਲਕੇ ਮੀਂਹ ਦੀਆਂ ਬਿਸ਼ਾਰਾ ਤੇ ਇੱਕ ਦੋ ਭਾ ਆਪਣੇ ਮੋਗੇ ਜ਼ਿਲ੍ਹੇ ਦੇ ਕਈ ਭਾਗ ਲੁਧਿਆਣਾ ਹੋ ਗਿਆ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਸੋ ਇਹਨਾਂ ਇਲਾਕਿਆਂ ਵਿੱਚ ਬੱਦਲਬਾਈ ਆਉਣ ਜਾ ਰਹੀ ਹੈ ਤੇ ਇਹਨਾਂ ਇਲਾਕਿਆਂ ਦੇ ਕਈ ਭਾਗਾਂ ਦੇ ਵਿੱਚ ਹਲਕੀਆਂ ਦਰਮਿਆਨੀਆਂ ਮੀਂਹਾਂ ਬੁਸ਼ਾਰਾ ਦੇਖਣ ਨੂੰ ਮਿਲਣਗੀਆਂ ਤੇ ਉੱਥੇ ਨਾਲ ਹੀ ਫਾਜ਼ਿਲਕਾ ਸਮੇਤ ਮੁਕਸਰ ਹੋ ਗਿਆ ਮਾਨਸਾ ਬਠਿੰਡਾ ਦੇ ਇਲਾਕੇ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਦੇ ਅਸਰ ਥੋੜੇ-ਬਹੁਤ ਹੁਣ ਬਣਦੇ ਨਜ਼ਰ ਆ ਰਹੇ ਨੇ ਕਈ ਇਲਾਕਿਆਂ ਵਿੱਚ ਦਰਮਿਆਨੇ ਰੂਪ ਤੱਕ ਦਾ ਮੀਂਹ ਤੇ ਕੁਝ ਪਾਗਾਂ ਵਿੱਚ ਹਲਕਾ-ਫੁਲਕਾ ਛਿੱਟੇਦਾਰ ਮੀਂਹ ਦੇਖਣ ਨੂੰ ਮਿਲੇਗਾ ਤੇ ਇੱਕ ਦੋ ਇਲਾਕਿਆਂ ਵਿੱਚ ਹੋ ਸਕਦਾ ਜਿਵੇਂ ਕੁਝ ਭਾਗ ਮਾਨਸੇ ਦੇ ਹੋਗੇ ਬਠਿੰਡੇ ਦੇ ਬਰਨਾਲਾ ਫਰੀਦਕੋਟ ਤੇ ਇਸ ਤੋਂ ਇਲਾਵਾ ਕੁਝ ਬਰਨਾਲਾ ਮੋਗਾ ਜ਼ਿਲ੍ਹੇ ਦੇ ਭਾਗ ਲੁਧਿਆਣਾ ਹੋ ਗਿਆ ਤਾਂ ਇਹਨਾਂ ਜ਼ਿਲ੍ਹੇ ਦੇ ਕਈ ਭਾਗਾਂ ਵਿੱਚ ਤੇਜ਼ ਸ਼ਰਾਟੇ ਦਰਮੀ ਵੀ ਦੇਖਣ ਨੂੰ ਮਿਲ ਸਕਦਾ ਹੈ ਸੋ ਅਜਿਹੀ ਹੀ ਹਲਚਲ ਕੁਝ ਮੱਝ ਅਤੇ ਦੋਆਬੇ ਦੇ ਖੇਤਰਾਂ ਵਿੱਚ ਰਹੇਗੀ ਤੇ ਉਸ ਤੋਂ ਅੱਧੀ ਰਾਤ ਤੋਂ ਬਾਅਦ ਬੱਦਲ ਵਾਈਏ ਇਹ ਜਿਹੜੇ ਪੱਛਮ ਤੋਂ ਪੂਰਬ ਦਿਸ਼ਾ ਵੱਲ ਨੂੰ ਵਧੇਗੇ ਤੇ ਹੋਰ ਸੰਘਣੀ ਰਾਤ ਦੇ ਸਮੇਂ ਹੋਣ ਦੇ ਅਸਾਰ ਨੇ ਸੋ ਕਈ ਇਲਾਕਿਆਂ ਵਿੱਚ ਭਾਰੀ ਗਰਜ ਚਮਕ ਦੇ ਨਾਲ ਤੇਜ਼ ਹਨੇਰੀਆਂ ਵੀ ਚੱਲ ਸਕਦੀਆਂ ਨੇ ਤੇ ਇੱਕ ਦੋ ਇਲਾਕਿਆਂ ਵਿੱਚ ਹੋ ਸਕਦਾ ਕਿ ਜ਼ਿਆਦਾ ਭਾਰੀ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਜਿਹਦੇ ਵਿੱਚ ਕੁਝ ਪੱਛਮੀ ਖੇਤਰ ਤੇ ਜਿਹਦੇ ਵਿੱਚ ਮਾਝੇ ਦਾ ਦੁਆਬੇ ਦਾ ਹੋ ਗਿਆ ਤੇ ਉਧਰ ਆਪਣੇ ਦੱਖਣ ਜਿਹੜਾ ਮਾਲਵੇ ਦੇ ਇਲਾਕੇ ਪੈ ਜਾਂਦੇ ਨੇ ਤਾਂ ਉਹਨਾਂ ਇਲਾਕਿਆਂ ਦੇ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਕਿ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਤੋਂ ਬਿਨਾਂ ਪਟਿਆਲਾ ਹੋ ਗਿਆ ਫਰੀ ਸੋਰੀ ਫਟੇਕੜ ਸਾਹਿਬ ਦੇ ਇਲਾਕੇ ਇਸ ਤੋਂ ਇਲਾਵਾ ਕੁਝ ਸੰਗਰੂਰ ਦੇ ਇਲਾਕੇ ਹੋਗੇ ਮਲੇਰਕੋਟਲਾ ਹੋ ਗਿਆ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਭਾਗ ਨਵਾਂ ਸ਼ਹਿਰ ਸਮੇਤ ਚੰਡੀਗੜ੍ਹ ਬਹਾੜੀ ਐਸ ਵੀ ਐਸ ਨਗਰ ਦੇ ਇਲਾਕੇ ਸੋ ਇਹਨਾਂ ਇਲਾਕਿਆਂ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਜਿਹੜਾ ਮੌਸਮ ਹੈ ਜਿਆਦਾ ਹਲਚਲ ਹੋਵੇਗਾ ਲਗਭਗ 10 11 ਵਜੇ ਦੇ ਆਸ-ਪਾਸ ਤੋਂ ਬੱਦਲਵਾਈ ਲੁਧਿਆਣਾ ਤੇ ਮੱਧ ਪੰਜਾਬ ਦੇ ਇਲਾਕਿਆਂ ਵਿੱਚ ਪਹੁੰਚਣ ਦੀ ਜਿਹੜਾ ਅਸਰ ਬਣ ਰਹੇ ਨੇ ਅਤੇ ਉਸ ਤੋਂ ਬਾਅਦ ਜਿਉਂ-ਜਿਉਂ ਸਮਾਂ ਅੱਗੇ ਵਧਦਾ ਰਹੇਗਾ ਪੂਰਬੀ ਇਲਾਕੇ ਇਸ ਬੱਦਲਵਾਈ ਦੇ ਅੰਡਰ ਕਵਰ ਹੋਣਗੇ ਸੋ ਜੇ ਕੁੱਲ ਮਿਲਾ ਕੇ ਕਹੀ ਤਾਂ ਅੱਜ ਲ ਇਸ ਸਤ 8 ਵਜੇ ਤੋਂ ਲੈ ਕੇ ਕੱਲ ਸਵੇਰ ਤੱਕ ਜਿਹੜਾ ਮੌਸਮ ਹੈ ਲਗਾਤਾਰ ਬੱਦਲਵਾਈ ਵਾਲਾ ਬਣਿਆ ਰਹੇਗਾ ਤੇ ਵੱਖ-ਵੱਖ ਸਮੇਂ ਦੌਰਾਨ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਦੀਆਂ ਬਚਾਰਾ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਦੇਖਣ ਨੂੰ ਮਿਲਣਗੇ ਤੇ ਕਈ ਹਿੱਸੇ ਇਲਾਕੇ ਜਿਹਾ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਥੋੜਾ ਜਿਆ ਤੇਜ਼ ਝਰਾਟੇ ਦਰਮੀ ਜਾਂ ਥੋੜਾ ਜਿਆ ਦਰਮਿਆਨਾ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਅੱਜ ਰਾਤ ਦੇ ਸਮੇਂ ਇਹ ਵੀ ਚਾਂਸ ਵੱਧ ਰਹੇ ਨੇ ਕਿ ਕਈ ਇਲਾਕਿਆਂ ਦੇ ਵਿੱਚ ਜਿਵੇਂ ਕੁਝ ਮੱਧ ਪੰਜਾਬ ਦੇ ਇਲਾਕੇ ਹੋਗੇ ਕੁਝ ਦੱਖਣੀ ਇਲਾਕੇ ਹੋਗੇ ਸੋ ਇਹਨਾਂ ਇਲਾਕਿਆਂ ਦੇ ਕਈ ਬਾ ਗਾਂਵ ਤੇ ਬੱਦਲ ਹੈ ਜਿਹੜਾ 5-4 ਘੰਟਿਆਂ ਦੇ ਲੰਬੇ ਸਮੇਂ ਲਈ ਟਿਕ ਸਕਦਾ ਤੇ ਕਈ ਇਲਾਕਿਆਂ ਵਿੱਚ ਲਗਾਤਾਰ ਜਿਹੜਾ ਹਲਕੇ ਦਰਮਿਆਨਾ ਮੀਂਹ ਝੜੀ ਦੇ ਰੂਪ ਵਾਂਗੂ 5-4 ਘੰਟੇ ਲਈ ਵੀ ਦੇਖਣ ਨੂੰ ਮਿਲ ਸਕਦਾ ਹੈ